हेलो एवरीवन वेलकम टू स्टडीनेस आज ਆਪਾਂ ਕਰਾਂਗੇ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਬਾਰੇ ਆਲਰੇਡੀ ਮੈਨੇ ਦੋ ਵੀਡੀਓਜ਼ ਅਪਲੋਡ ਕਰ ਦਿੱਤੀਆਂ ਨੇ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਬਾਰੇ ਉਹਨਾਂ ਦਾ ਲਿੰਕ ਤੁਹਾਨੂੰ نیچے ਕਮੈਂਟ ਬਾਕਸ ਤੇ ਡਿਸਕ੍ਰਿਪਸ਼ਨ ਬਾਕਸ ਦੇ ਅੰਦਰ ਮਿਲ ਜੇਗਾ ਤੁਸੀਂ ਦੇਖ ਸਕਦੇ ਹੋ ਔਰ ਤੁਸੀਂ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰ ਸਕਦੇ ਹੋਗੇ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਸ੍ਰੀ ਗੁਰੂ ਅਮਰਦਾਸ ਜੀ ਨੇ ਇਹ ਸਿੱਖਾਂ ਦੇ ਕਿਹੜੇ ਗੁਰੂ ਨੇ ਥਰਡ ਗੁਰੂ ਸੀ ਗਿੱਖ ਗੁਰੂ ਸੀ ਤੇ ਇਹਨਾਂ ਦਾ ਜਨਮ ਹੈ ਕਦੋਂ ਹੋਇਆ ਸੀਗਾ 5 ਮਈ 1479 ਈਸਵੀ ਨੂੰ ਹੋਇਆ ਸੀਗਾ ਠੀਕ ਹੈ ਬਟ ਕਈ ਕਈ ਜਗ੍ਹਾ ਤੇ ਤੋਂ ਨਿਤ ਅੰਤਰ ਕੀ ਮਿਲੂਗਾ 5 ਮਈ ਦੀ ਜਗ੍ਹਾ ਤੇ 5 April ਵੀ ਮਿਲੇਗਾ ਉਹ ਕਈ ਕਿ ਬੁੱਕਸ ਦੇ ਅੰਦਰ ਦਿੱਤਾ ਹੋਇਆ ਹੈਗਾ April ਕਿ ਇਹਨਾਂ ਦਾ ਲਿਖਿਆ ਹੈਗਾ ਮਈ ਤਾਂ ਤੁਸੀਂ ਮੇਨਲੀ ਇਹਨਾਂ ਦਾ ইয়ার ਆਫ ਬਰਥ ਜਾਂ ਰੱਖਣਾਗਾ 1479 ਨੂੰ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਵਿਖੇ ਹੋਇਆ ਸੀ ਇਹਨਾਂ ਦੇ ਪਿਤਾ ਦਾ ਨਾਮ ਕੀ ਹੈਗਾ ਤੇਜਪਾਲ ਅਤੇ ਮਾਤਾ ਦਾ ਨਾਮ ਕੀ ਹੈ ਸੁਲੱਖਣੀ ਇਹ ਮਤਲਬ ਇਹਨਾਂ ਦੇ ਜਿਹੜੇ ਬੱਚੇ ਸੀ ਕਿ ਤੇਜਪਾਨ ਤੇ ਮਾਤਾ ਸੁਲਖਣੀ ਦੇ ਇਹਨਾਂ ਦੇ ਵਿੱਚੋਂ ਸਭ ਤੋਂ ਵੱਡੇ ਕੌਣ ਸੀਗੇ ਸ੍ਰੀ ਗੁਰੂ ਅਮਰਦਾਸ ਜੀ ਸਭ ਤੋਂ ਵੱਡੇ ਬੱਚੇ ਸੀ ਇਹਨਾਂ ਦੇ ਤੇ ਜਿਹੜੇ ਸ੍ਰੀ ਗੁਰੂ ਅਮਰਦਾਸ ਜੀ ਦਾ ਵਿਆਹ ਕਿਹਨ ਨਾਲ ਹੋਇਆ ਸੀਗਾ ਦੇਵੀਚੰਦ ਦੀ ਪੁੱਤਰੀ ਮਨਸਾ ਦੇਵੀ ਨਾਲ ਹੋਇਆ ਸੀਗਾ ਇਹਨਾਂ ਦੇ ਦੋ ਪੁੱਤਰ ਸੀਗੇ ਮੋਹਨ ਤੇ ਮੋਰੀ ਦੋ ਪੁੱਤਰੀਆਂ ਸੀਗੀਆਂ ਬੀਬੀ ਦਾਨੀ ਤੇ ਬੀਬੀ ਪਾਨੀ 댓 ਮੀਨਸ ਇਹਨਾਂ ਦੇ ਚਾਰ ਬੱਚੇ ਸੀਗੇ ਸ਼੍ਰੀ ਗੁਰੂ ਅਮਰਦਾਸ ਜੀ ਹਰ ਸਾਲ ਹਰਦੁਆਰ ਵਿਖੇ ਗੰਗਾ ਇਸ਼ਨਾਨ ਲਈ ਜਾਂਦੇ ਸਨ ਮਤਲਬ ਇਹ ਗੁਰੂ ਜੀ ਬਣਨ ਤੋਂ ਪਹਿਲਾਂ ਇਹਨਾਂ ਦਾ ਧਰਮ ਕਿਹੜਾ ਸੀਗਾ ਇਹ Hindu ਧਰਮ ਦੇ ਸੀਗੇ ਤਾਂ ਮਤਲਬ ਇਹ ਵੈਸ਼ਨਿਜ਼ਮ ਨੂੰ ਫੋਲੋ ਕਰਦੇ ਸੀ ਕਿ Hindu ਧਰਮ ਦੇ ਜੋ ਵੀ ਰੀਤੀ ਰਿਵਾਜ ਨੇ ਕਿ ਜਿੱਦਾਂ ਹਰਦੁਆਰ ਰੈਗੂਲਰਲੀ ਜਾਂਦੇ ਸੀਗੇ ਉੱਥੇ ਇਸ਼ਨਾਨ ਕਰਨ ਲਈ ਜਾਂਦੇ ਸਨ ਪਰੰਤੂ ਇੱਕ ਦਿਨ ਕੀ ਹੋਇਆ ਜਦੋਂ ਜਿਹੜੇ ਆਪਾਂ ਨੇ ਪਹਿਲਾਂ ਪੜ ਚੁੱਕੇ ਆ ਕਿ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਕੌਣ ਸੀ ਕਿ ਬੀਬੀ ਅਮਰੋ ਅਮਰੋ ਇਹਨਾਂ ਦਾ ਵਿਆਹ ਕਿਦ ਨਾਲ ਹੋਇਆ ਸੀਗਾ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਹੋਇਆ ਸੀਗਾ ਦੈਟ ਮੀਨਸ ਇਹ ਦੋਨੇ ਆਪਸ ਚ ਕੀ ਸੀ ਕਿ ਹਸਬੰਡ ਬਾਈਪਸ ਸੀਗੇ ਤਾਂ ਇਹ ਦੋਨੋਂ ਹੀ ਕੀ ਸੀਗੇ ਸ੍ਰੀ ਗੁਰੂ ਨਾਨਕਦੇਵ ਜੀ ਦੀ ਬਾਣੀ ਮਤਲਬ ਗੱਲਾਂ ਕਰਦੇ ਰਹਿੰਦੇ ਸ ਆਪਸ ਵਿੱਚ ਅੰਦਰ ਕੀਰਤਨ ਵਗੈਰਾ ਕਰਦੇ ਰਹਿੰਦੇ ਸੀ ਤਾਂ ਗੁਰੂ RAM ਅਮਰਦਾਸ ਜੀ ਨੇ ਇਹਨਾਂ ਤੋਂ ਇਹ ਗੱਲ ਬਾਤ ਸੁਣੀ ਤਾਂ ਉਹ ਸ੍ਰੀ ਗੁਰੂ ਨਾਨਕਦੇਵ ਜੀ ਦੀ ਬਾਣੀ ਸੁਣੀ ਤੇ ਉਹ ਬਹੁਤ ਪ੍ਰਭਾਵਿਤ ਹੋ ਗਏ ਕੌਣ ਸ੍ਰੀ ਗੁਰੂ ਅਮਰਦਾਸ ਜੀ ਅਤੇ ਉਹ ਸ੍ਰੀ ਗੁਰੂ ਉਸ ਟਾਈਮ ਦੇ ਅੰਗ ਗੁਰੂ ਨਾਨਕ ਦੇਵ ਜੀ ਦੀ ਡੈਥ ਹੋ ਚੁੱਕੀ ਸੀਗੀ ਤਾਂ ਗੁਰਗੱਦੀ ਕਿਹਦੇ ਕੋਲ ਆ ਗਈ ਸੀਗੀ ਸ੍ਰੀ ਗੁਰੂ ਅੰਗਦ ਦੇਵ ਜੀ ਕੋਲੇ ਤਾਂ ਇਹ ਕੀ ਕੀਤਾ ਇਸ ਤੋਂ ਬਾਅਦ ਇਹ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਲਈ ਕਿਤੇ ਚਲੇ ਗਏ ਸੀਗੇ ਖਡੂਰ ਸਾਹਿਬ ਚਲੇ ਗਏ ਸੀ ਕਿ ਸ੍ਰੀ ਗੁਰੂ ਅਮਰਦਾਸ ਜੀ ਤਾਂ ਮਤਲਬ ਬਾਣੀ ਤਾਂ ਗੁਰ ਅਮਰ ਗੁਰੂ ਨਾਨਕ ਦੇਵ ਜੀ ਦੀ ਵੀ ਸੀਗੀ ਨਾਲ ਤੇ ਗੁਰੂ ਅੰਗਦ ਦੇਵ ਜੀ ਦੀ ਵੀ ਮਤਲਬ ਗੱਲਾਂ ਕਰਦੇ ਰਹਿੰਦੇ ਸੀਗੇ ਤਾਂ ਮਿਲਣਗੇ ਕਿ ਇਹਨੂੰ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਦੇ ਵਿੱਚ ਮਿਲੇ ਸੀ ਕਿ ਗੁਰੂ ਅਮਰਦਾਸ ਜੀ ਅਤੇ ਉਹਨਾਂ ਨੂੰ ਆਪਣਾ ਗੁਰੂ ਧਾਰਨ ਕਰ ਲਿਆ ਕੀਗਾ ਇਨਾਂ ਨੇ ਗੁਰੂ ਜੀ ਤਨਮਨ ਨਾਲ ਸੰਗਤ ਦੀ ਸੇਵਾ ਵਿੱਚ ਨਿਰੰਤਰ ਲੱਗੇ ਰਹਿੰਦੇ ਮਾਰਚ 1552 ਈਸਵੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਹਨਾਂ ਦੀ ਅਸਧਾਰਨ ਨਿਮਰਤਾ ਅਤੇ ਗੁਰਸੇਵਾ ਉੱਤਪ੍ਰਭਾਵਿਤ ਹੋ ਕੇ ਇਹਨਾਂ ਨੂੰ ਗੁਰਗੱਦੀ ਸੌਂਪਤੀ ਸੀ ਕਿ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ ਸੀ ਕਿ ਗੁਰੂ ਅੰਗਦ ਦੇਵ ਜੀ ਨੇ ਤਾਂ ਇਸ ਸਮੇਂ ਗੁਰੂ ਅਮਰਦਾਸ ਜੀ ਦੀ ਉਮਰ ਕਿੰਨੀ ਸੀਗੀ 73 ਸਾਲ ਦੀ ਇਹਨਾਂ ਦੀ ਏਜ ਸੀਗੀ ਗੁਰੂ ਅਮਰਦਾਸ ਜੀ ਦੀ ਤਾਂ ਏਜ ਕਾਫੀ ਹੋਣ ਕਰ ਇਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀਗਾ ਹੁਣ ਇਹਨਾਂ ਦੀ ਏਜ ਕਿੰਨੀ ਸੀਗੀ 73 ਸਾਲ ਤਾਂ ਜਿੰਨੇ ਵੀ ਆਪਣੇ 10 ਸਿੱਖ ਗੁਰੂ ਹੋਏ ਨੇਗੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਐਸ ਇਹਨਾਂ ਦੀ ਸੀਗੀ ਗੁਰਗੱਦੀ ਪ੍ਰਾਪਤ ਕਰਨ ਦੀ ਮਤਲਬ ਸਭ ਤੋਂ ਵੱਡੀ ਉਮਰ ਦੇ ਵਿੱਚ ਗੁਰਗੱਦੀ ਕਿਉਂ ਨਹੀਂ ਮਿਲੀ ਸੀਗੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਮਿਲੇ ਸੀ ਵੀ ਆਪਣਾ ਇੱਕ ਇੰਪੋਰਟੈਂਟ ਕੁਸ਼ਨ ਬਣਦਾਗਾ ਐਮਸੀਕਿਊ ਦਾ ਫਿਰ ਆਂਦਾ ਹੈਗਾ ਮਤਲਬ ਸੇਵਾ ਨੂੰ ਫਲ ਲੱਗਦਾ ਹੈ ਇਹ ਕੇ ਦਾ ਹਾਈਲਾਈਟ ਪੁਆਇੰਟ ਹੈਗਾ ਖਡੂਰ ਸਾਹਿਬ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਲੱਗੇ ਰਹਿੰਦੇ ਸੇ ਤਾਂ ਇਹ ਗੁਰੂ ਅੰਗਦ ਦੇਵ ਜੀ ਕੋਲ ਚੜੇ ਗਏ ਸੀ ਸ੍ਰੀ ਗੁਰੂ ਅਮਰਦਾਸ ਜੀ ਤੇ ਉੱਥੇ ਸੇਵਾ ਕਿਸ ਚੀਜ਼ ਦੀ ਕਰਦੇ ਸੀ ਇਹ ਜਲਦੀ ਸੰਭਾਲ ਕਰਦੇ ਸੀਗੇ ਜਲਦੀ ਸੇਵਾ ਸੰਭਾਲ ਲਈ ਇਹਨਾਂ ਨੇ ਉੱਥੇ ਠੀਕ ਹੈ ਮਤਲਬ ਉਹਨਾਂ ਦੀ ਸੇਵਾ ਕਰਦੇ ਸੀ ਕਿ ਪਾਣੀ ਲੈ ਕੇ ਆਉਂਦੇ ਸੀਗੇ ਤਾਂ ਰੋਜ਼ ਉਹ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਂਦੇ ਸੀਗੇ ਤੇ ਇਸ਼ਨਾਨ ਕਰਵਾਉਣ ਦੇ ਲਈ ਪਾਣੀ ਕਿੱਥੋਂ ਲੈ ਕੇ ਆਉਂਦੇ ਸੀ ਹਰ ਰੋਜ਼ ਇਹ ਬਿਆਜ ਨਦੀ ਤੋਂ ਪਾਣੀ ਭਰ ਕੇ ਲਿਆਉਂਦੇ ਸੀਗੇ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਂਦੇ ਸਨ ਕੌਣ ਸ੍ਰੀ ਗੁਰੂ ਅਮਰਦਾਸ ਜੀ ਦਾ ਇਹ ਕੁਝ ਨੀ ਇੰਪੋਰਟੈਂਟ ਹੈ ਵੀ ਕਿਹਨੇ ਇਹ ਤੋਂ ਪਾਣੀ ਲੈ ਕੇ ਆਂਦਾ ਸੀ ਕੌਣ ਗੁਰੂ ਲੈ ਕੇ ਆਉਂਦੇ ਸੀ ਤੇ ਕਿਹਦੇ ਲਈ ਲੈ ਕੇ ਆਉਂਦੇ ਸੀ ਇਹ ਵੀ ਧਿਆਨ ਦੇ ਅੰਦਰ ਰੱਖਣਾ ਹੈਗਾ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨ ਵਧਤੀ ਉਧਰ ਗੁਰੂ ਜੀ ਦੇ ਪੁੱਤਰ ਦਾਤੂ ਅਤੇ ਦਾਸੂ ਖੁਦ ਨੂੰ ਗੁਰਗੱਦੀ ਦਾ ਅਧਿਕਾਰ ਸਮਝਦੇ ਸਨ ਗੁਰੂ ਅੰਗਦ ਦੇਵ ਜੀ ਦੇ ਦੋ ਪੁੱਤਰ ਸੀ ਕਿ ਦਾਤੂ ਤੇ ਦਾਸੂ ਉਹ ਕਹਿੰਦੇ ਸੀ ਗੁਰਗੱਦੀ ਸਾਡੀ ਆ ਆਪ ਦਾ ਅਧਿਕਾਰ ਸਮਝਣ ਲੱਗ ਗਏ ਪਰ ਬਾਬਾ ਅਮਰਦਾਸ ਜੀ ਨਾਲ ਈਰਖਾ ਕਰਦੇ ਸੀ ਤੇ ਦੋਨੇ ਬੱਚੇ ਉਹਦੇ ਅੰਗਦ ਦੇਵ ਜੀ ਦੇ ਬਾਬਾ ਅਮਰਦਾਸ ਮਤਲਬ ਗੁਰੂ ਅਮਰਦਾਸ ਜੀ ਨਾਲ ਈਰਖਾ ਕਰਦੇ ਸੀ ਤਾਂ ਬਾਬਾ ਬੁੱਢਾ ਜੀ ਇਹਨਾਂ ਵਾਰ ਪੜਾਂਗੇ ਹਲੇ ਆਪਾਂ ਅੱਗਾ ਇਹ ਅੱਗੇ ਪੜਾਂਗੇ ਅੱਬਾ ਬੁੱਢਾ ਜੀ ਬਾਰੇ ਉਹਨਾਂ ਨੇ ਸਮਝਾਇਆ ਕਿ ਗੁਰਗੱਦੀ ਕੋਈ ਪਿਤਰੀ ਜਾਇਦਾਦ ਨਹੀਂ ਹੈ ਸੇਵਾ ਨੂੰ ਫਲ ਲੱਗਦਾ ਹੈ ਤਾਂ ਇਹਨਾਂ ਨੇ ਕਿਹਾ ਵੀ ਗੁਰਗੱਦੀ ਐਦਾਂ ਨਹੀਂ ਹੈਗੀ ਮੈਂ ਕਹ ਰਦੇ ਆ ਵੀ ਤੋੜੇ ਤੁਹਾਡੇ ਬੱਚਿਆਂ ਨੂੰ ਹੀ ਮਿਲੇਗੀ ਜੇ ਅੱਗੇ ਤੁਹਾਰੇ ਬੱਚੇ ਮਿਲੇਗੀ ਤੇ ਕੋਈ ਪਿਤਰੀ ਜਾਇਦਾਦ ਨਹੀਂ ਹੈਗੀ ਤਾਂ ਇਹੋ ਨੇ ਕਿਹਾ ਸੇਵਾ ਨੂੰ ਫਲਨ ਲੱਗਦਾ ਹੈ ਕਿਉਂਕਿ ਗੁਰੂ ਅਮਰਦਾਸ ਜੀ ਕਾਫੀ ਜਿਆਦਾ ਕਾਫੀ ਜਿਆਦਾ ਸੇਵਾ ਕਰਦੇ ਸੀ ਕਿ ਗੁਰੂ ਅੰਗਦ ਦੇਵ ਜੀ ਦੀ ਤਾਂ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਕੀਤੀ ਸੇਵਾ ਕਰਕੇ ਉਹਨਾਂ ਨੂੰ ਗੁਰਗੱਦੀ ਪ੍ਰਾਪਤ ਹੋਈ ਸੀਗੀ ਜਿਹੜੇ ਪਾਪਾ ਬੁੱਢਾ ਜੀ ਨੇ ਇਹ ਗ੍ਰੰਥੀ ਰਹੇ ਨੇਗੇ ਆਪਣੇ ਕਾਫੀ ਲੰਬੀ ਏਜ ਤੱਕ ਸ਼੍ਰੀ ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਤੇ ਹੁਣ ਉਹਨੇ ਕੀ ਕੀ ਕੁਝ ਕੀਤਾ ਹੈ ਗੁਰੂ ਅਮਰਦਾਸ ਜੀ ਨੇ ਸ਼੍ਰੀ ਗੁਰੂ ਅਮਰਦਾਸ ਜੀ ਨੇ 1552 ਈਸਵੀ ਤੋਂ 1574 ਈਸਵੀ ਤੱਕ 22 ਸਾਲ ਸਿੱਖ ਧਰਮ ਦੀ ਅਗਵਾਈ ਕੀਤੀ ਹੈ ਮਤਲਬ ਕਿੱਥੋਂ ਕਦੋਂ ਤੋਂ ਬਣ ਗਏ ਸੀਗੇ ਤੇ ਕਦੋਂ ਤੱਕ ਇਹ ਰਹੇ ਨੇ 22 ਸਾਲ ਤੱਕ ਇਹਨਾਂ ਨੇ ਸਿੱਖ ਧਰਮ ਦੀ ਸੇਵਾ ਕੀਤੀ ਹੈਗੀ ਇਸ ਟਾਈਮ ਦੇ ਵਿੱਚ ਜਿਹਨਾਂ ਨੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕੀਤਾਗਾ ਤੇ ਕੰਮ ਕੀ ਕੀਤਾ ਇਹਨਾਂ ਨੇ ਗੋਇੰਦਵਾਲ ਵਿੱਚ ਬਾਉਲੀ ਦਾ ਨਿਰਮਾਣ ਕਰਵਾਇਆ ਸੀਗਾ ਦੇਖੋ ਗੋਇੰਦਵਾਲ ਨਗਰ ਨੂੰ ਬਸਾਇਆ ਕਿਨੇ ਸੀਗਾ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪਰ ਨਾਲ ਦੇਖ ਰਿਓ ਕਿ ਨਾਲ ਕਿਨੇ ਕੀਤੀ ਸੀ ਕਿ ਸ੍ਰੀ ਗੁਰੂ ਅਮਰਦਾਸ ਜੀ ਨੇ ਇਹ ਧਿਆਨ ਰੱਖਣਾਗਾ ਇਸ ਚੀਜ਼ ਦਾ ਗੁਰਗੱਦੀ ਤੇ ਬੈਠਣ ਤੋਂ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਨੇ 1552 ਈਸਵੀ ਵਿੱਚ ਇੱਥੇ ਬਾਉਲੀ ਦਾ ਨਿਰਮਾਣ ਸ਼ੁਰੂ ਕਰਵਾਇਆ ਤੇ ਬਾਉਲੀ ਦਾ ਕੰਮ ਪੂਰਾ ਕਦੋਂ ਹੋ ਗਿਆ ਸੀਗਾ 1569 ਈਸਵੀ ਦੇ ਵਿੱਚ ਪੂਰਾ ਹੋ ਗਿਆ ਸੀ 52 ਵਿੱਚ ਸ਼ੁਰੂ ਹੋਇਆ ਸੀ 69 ਵਿੱਚ ਇਹ ਪੂਰਾ ਹੋ ਗਿਆ ਸੀ ਬੌਲੀ ਦਾ ਕੰਮ ਬੌਲੀ ਦੇ ਵਿੱਚ ਕੀ ਹੈਗਾ ਮਤਲਬ 84 ਪੌੜੀਆਂ ਨੇਗੇ ਨੀਚੇ ਆਪਾਂ ਜਿਵੇਂ ਖੂਹ ਕਹਿੰਦੇ ਨੇਗੇ ਪੌੜੀਆਂ ਉੱਤੇ ਜਾਂਦੇ ਨੇ ਨੀਚੇ ਤਾਂ ਨੀਚੇ ਪਾਣੀ ਦਾ ਇੱਕ ਹਲਗਾ ਲੋਰੇ ਕੋਈ ਤਲਾਬ ਹੈ ਜਾਂ ਪੱਕਾ ਕੂਹ ਕਹਿ ਸਕਦੇ ਹਾਂਗੇ ਉੱਥੇ ਕੀ ਹੈਗਾ ਪਾਣੀ ਹੈਗਾ ਤਾਂ ਇਹਦਾ ਨਿਰਮਾਣ ਕਿਹਨੇ ਕਰਵਾਇਆ ਸੀਗਾ ਗੋਇੰਦਵਾਲ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੇ ਤਾਂ ਕਹਿੰਦੇ ਇਸ ਬੌਲੀ ਦੇ ਵਿੱਚ 84 ਪੌੜੀਆਂ ਨੇ ਇਸ बावਲੀ ਦੇ ਨਿਰਮਾਣ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਅਤੇ ਵਿਕਾਸ ਵਿੱਚ ਐਮ ਯੋਗਦਾਨ ਪਾਇਆ ਹੈ ਫਿਰ ਅੰਦਾ ਕਾ ਲੰਗਰ ਪ੍ਰਥਾ ਦਾ ਵਿਸਤਾਰ ਸ਼ੁਰੂ ਤਾਂ ਕਿਹਨੇ ਕੀਤਾ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਐਨੂੰ ਅੱਗੇ ਫਿਰ ਲੈ ਕੇ ਗਏ ਸੀ ਗੁਰੂ ਅੰਗਦ ਦੇਵ ਜੀ ਨੇ ਵੀ ਅੱਗੇ ਫੋਲੋ ਕੀਤਾਗਾ ਫਿਰ ਹੁਣ ਗੁਰੂ ਅਮਰਦਾਸ ਜੀ ਨੇ ਵੀ ਸ਼ੁਰੂ ਕੀਤਾਗਾ ਮਤਲਬ ਫੋਲੋ ਕੀਤਾਗਾ ਗੁਰੂ ਅਮਰਦਾਸ ਜੀ ਨੇ ਨਵੀਂ ਚੀਜ਼ ਐਡ ਕਰਤੀ ਵੀ ਜਿਨ੍ਹਾਂ ਨੇ ਵੀ ਗੁਰੂ ਅਮਰਦਾਸ ਜੀ ਨੂੰ ਮਿਲ ਲੈਗਾ ਪਹਿਲਾਂ ਉਹ ਕੀ ਕਰਨ ਜਿਨ੍ਹਾਂ ਨੇ ਵੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਆ ਰਹੇਗਾ ਤਾਂ ਸਦਾ ਉਹ ਪਹਿਲਾਂ ਕੀ ਕਰਨਗੇ ਪਹਿਲੇ ਪੰਗਤ ਪਾਛੇ ਸੰਗਤ ਕਹਿੰਦੇ ਪਹਿਲਾਂ ਬੈਠ ਕੇ ਉਹ ਲੰਗਰ ਛਕੋ ਫਿਰ ਉਹ ਗੁਰੂ ਜੀ ਨੂੰ ਅੱਗੇ ਜਾ ਕੇ ਮਿਲ ਸਕਦੇ ਨੇਗੇ ਉਹ ਤੋਂ ਦੀ ਕੰਡੀਸ਼ਨ ਲਗਾਈ ਗਈ ਗੁਰੂ ਅਮਰਦਾਸ ਜੀ ਨੇ ਸੰਗਤਾਂ ਨੂੰ ਲੰਗਰ ਲਈ ਆਪਣੀ ਹੱਕ ਦੀ ਕਮਾਈ ਵਿੱਚ ਦਾਨ ਦੇਣ ਲਈ ਵੀ ਪ੍ਰੇਰਿਤ ਕੀਤਾ ਮਤਲਬ ਲੋਕ ਨੇ ਆਪਣੀ ਹਾਕodicmai দান ਦੇਣ ਇਹ ਵੀ ਕਿਨੇ ਦਿੱਤਾ ਸੀਗਾ ਮਤਲਬ ਇਹ ਐਡਵਾਈਸ ਕਿਨ ਦਿੱਤੀ ਸੀਗੀ ਗੁਰੂ ਅਮਰਦਾਸ ਜੀ ਨੇ ਦਿੱਤੀ ਸੀਗੀ ਇਸ ਪ੍ਰਥਾ ਨਾਲ ਸੰਗਤ ਦੀ ਜਾਤੀ ਪੇਤ ਭਾਵ ਸਮਾਪਤ ਹੋ ਗਿਆ ਉਹਨਾਂ ਨਾਲ ਹੀ ਉਹਨਾਂ ਵਿੱਚ ਏਕਤਾ ਦੀ ਭਾਵਨਾ ਵੀ ਵਿਕਸਿਤ ਹੋਈ ਮਤਲਬ ਹੁਣ ਕੋਣ ਬੈਠਾਗਾ ਸਪੋਜ਼ ਕਰੋ ਆਹ ਅਕਵਰ ਬੈਠੇ ਨੇ ਠੀਕ ਹੈ ਨਾਲ ਕੋਈ ਹੋਰ ਕੋਈ ਹੋ ਜਾਦਾ ਬੈਠਾ ਹੈ ਕੁਛ ਵੀ ਕੋਈ ਕੋਈ ਪਰਸਨ ਬੈਠ ਸਕਦਾ Hindu Muslim Sikh ki sahi sare ek clan بیٹھ ਕੇ ਖਾਣਾ ਖਾਣਗੇ ਜਾਤ ਜਾਤ ਪਾਤ ਦਾ ਭੇਦਭਾਵ ਪੂਰੇ ਖਤਮ ਹੋ ਗਿਆਗਾ ਤਾਂ ਇਹ ਗੁਰੂ ਜੀ ਦਾ ਮੋਟਿਵ ਸੀਗਾ ਜਦੋਂ ਮੰਗਲ ਬਾਦਸ਼ਾ ਅਕਬਰ ਜੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਲਈ ਗੋਇੰਦਵਾਲ ਵਿਖੇ ਆਇਆ ਤਾਂ ਉਹ ਉਸ ਨੇ ਵੀ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਤਾਂ ਅਕਬਰ ਨੇ ਵੀ ਪਹਿਲਾਂ ਲੰਗਰ ਖਾਦਾ ਫਿਰ ਉਹ ਗੁਰੂ ਜੀ ਨੂੰ ਮਿਲਿਆ ਤਾਂ ਗੁਰੂ ਜੀ ਨੇ ਇਸ ਨੂੰ ਸਟਾਰਟ ਕੀਤਾ ਕਾ ਫਿਰ ਆਂਦਾ ਕਾ ਬਾਣੀ ਦੀ ਰਚਨਾ ਹੁਣ ਦੇਖੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਪੋਥੀ ਸੀ ਦਿੱਤੀ ਸੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਤਾਂ ਹੁਣ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਪੋਥੀ ਕਿਹਨੂੰ ਦਿੱਤੀ ਹੈਗੀ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਤਾਂ ਸ਼ਬਦਾਂ ਦੀ ਪੋਥੀ ਪ੍ਰਾਪਤ ਹੋਈ ਹੈਗੀ ਗੁਰੂ ਅਮਰਦਾਸ ਜੀ ਨੂੰ ਸ਼੍ਰੀ ਗੁਰੂ ਅੰਗਦ ਦੇਵ ਜੀ ਤੋਂ ਤਾਂ ਇੱਥੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪ 17 ਰਾਗਾਂ ਵਿੱਚ 907 ਸ਼ਬਦਾਂ ਦੀ ਰਚਨਾ ਕਰਕੇ ਇਸ ਪੋਥੀ ਵਿੱਚ ਸ਼ਾਮਿਲ ਕੀਤੀ ਹੈ ਮਤਲਬ ਜਿਵੇਂ ਜਿਵੇਂ ਗੁਰੂ ਆਉਂਦੇ ਗਏ ਨੇ ਅਵਧਿਆਤ ਸ਼ਬਦ ਐਡ ਕਰਦੇ ਗਏ ਨੇਗੇ ਉਹ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਕਿੰਨੇ ਸ਼ਬਦ ਕੀਨੇ ਰਚੇ ਨੇ ਕਿ ਤਕੀਨੇ ਕਿੰਨੇ ਰਾਗਾਂ ਐਡ ਕੀਤਾ ਕਿਹੜੇ ਗੁਰੂ ਜੀ ਨੇ ਫਿਰ ਆंदाਗਾ ਮੰਜੀ ਪ੍ਰਥਾ ਮੰਜੀ ਮਤਲਬ ਆਪਾਂ ਕਹਿੰਨਾ ਕਰੇ ਮੰੰਜਾ ਤੁਹਾਡੇ ਹੋਏ ਗਈ ਠੀਕ ਹੈ ਚਾਰ ਪਾਵੇ ਹੁੰਦੇ ਜਿੱਦਾਂ ਠੀਕ ਲੱਕੜ ਵਾਲੇ ਤਾਂ ਉਦਾਂ ਹੀ ਮੰਜੀ ਉਹ ਕਈ ਵਾਰ ਛੋਟੀ ਚੀਜ਼ ਵੀ ਹੁੰਦੀ ਹੈ ਉਹਨੂੰ ਕੀ ਬੋਲਦੇ ਹਨ ਮੰਜੀ ਪ੍ਰਥਾ ਤਾਂ ਉਹੀ ਸਿਸਟਮ ਹੈ ਉਹ ਕਰੇ ਹੁਣ ਦੇਖੋ ਇੱਕ ਜਗ੍ਹਾ ਦੇ ਜਿੱਥੇ ਗੁਰੂ ਜੀ ਬੰਦੇ ਸੀਗੇ ਤਾਂ ਕਾਫੀ ਸਿੱਖ ਲੋਕ ਇਕੱਠੇ ਹੋਣ ਲੱਗ ਗਏ ਤਾਂ ਅੰਨੀ ਭੀੜ ਨੂੰ ਹੈਂਡਲ ਕਰਨਾ ਔਖਾ ਹੋ ਗਿਆ ਤਾਂ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਸ੍ਰੀ ਗੁਰੂ ਅਮਰਦਾਸ ਜੀ ਨੇ ਕੀ ਕੀਤਾ ਸੀਗਾ ਮੰਜੀ ਪ੍ਰਥਾ ਆਰੰਭ ਕੀਤੀ ਗੁਰੂ ਜੀ ਨੇ 22 ਮੰਜੀਆਂ ਦੀ ਸਥਾਪਨਾ ਕੀਤੀ ਪੂਰੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਇਹਨੂੰ ਫੈਲਾਤਾ ਵਾਯ ਮੰਜੀਆਂ ਨੇ ਸਥਾਪਨਾ ਕੀਤੀ ਹੈ ਗੁਰੂ ਸਾਹਿਬ ਮੰੰਜੀਆਂ ਦੇ ਪ੍ਰਮੁੱਖ ਨੂੰ ਕੀ ਕਿਹਾ ਜਾਂਦਾ ਸੀਗਾ ਮੰਜੀਦਾਰ ਕਿਹਾ ਜਾਂਦਾ ਸੀ ਇਹ ਮੰਜੀਦਾਰ ਗੁਰੂ ਸਾਹਿਬ ਅਤੇ ਸੰਗਤ ਦੇ ਵਿੱਚਕਾਰ ਇੱਕ ਕੜੀ ਦਾ ਕੜੀ ਦਾ ਕਾਰਜ ਕਰਦੇ ਸਨ ਸੰਗਤ ਆਪਣੇ ਪੇਟਾਵਾਂ ਰਾਹੀ ਇੰਨਾ ਰਾਹੀ ਹੀ ਇੰਨਾ ਰਾਹੀ ਹੀ ਗੁਰੂ ਸਾਹਿਬ ਤੱਕ ਪਹੁੰਚਦਾ ਕਰਦੀ ਸੀ ਇਸ ਤਰ੍ਹਾਂ ਮੰਜੀ ਪ੍ਰਥਾ ਦੀ ਸਥਾਪਨਾ ਨਾਲ ਦੂਰ ਦਰਾਡੇ ਦੀ ਸੰਗਤ ਮੰਜੀਦਾਰਾਂ ਰਾਹੀਂ ਗੁਰੂ ਘਰ ਦੇ ਨਾਲ ਜੁੜੀ ਹੋਈ ਸੀ ਸਪੋਜ਼ ਕਰੋ ਆਪਣਾ ਉਹੜਾ ਕੋ ਸ਼ਹਿਰ ਹੈਗਾ ਲੁਧਿਆਣਾ ਲੁਧਿਆਣਾ ਦੇ ਵਿੱਚ ਇੱਕ ਮੰਜੀ ਬਣਾਤੀ ਮਤਲਬ ਉਥੋਂ ਦਾ ਇੱਕ ਹੈੱਡ ਦੇਤਾ ਉਥੇ ਸਾਰੇ ਸੰਗਤ ਇਕੱਠੀ ਆਉਂਦੀ ਉਹ ਉਹ ਜਿਹੜਾ ਮੰਜੀ ਦੇ ਉੱਪਰ ਇੱਕ ਪਰਸਨ ਬੈਠਾ ਹੁੰਦਾ ਸੀ ਹੈੱਡ ਬੈਠਾ ਹੁੰਦਾ ਉਹਨ ਕੀ ਬੋਲਦਾ ਸੀ ਮੰਜੀਦਾਰ ਬਾਕੀ ਸੰਗਤ ਉਰੇ ਆਉਂਦੀ ਸੀ ਕੋਈ ਵੀ ਦਾਨ ਸੇਵਾ ਕਰਨੀ ਤਾਂ ਉਹ ਇਹਨਾਂ ਨੂੰ ਦੇ ਜਾਂਦੀ ਤਾਂ ਇਹ ਅੱਗੋਂ ਦੇ ਅੱਗੋਂ ਕੰਮ ਚੱਲਦਾ ਰਹਿੰਦਾ ਸਪੋਜ਼ ਕਰੋ ਇੱਕ ਪਟਿਆਲੇ ਮੰਜੀ ਲਗਾਤੀ ਇਹ ਲਗ ਲਗ ਲੋਕੇਸ਼ਨ ਦੇ ਉੱਪਰ ਮੰਜੀ ਸੀ ਕਿ ਤੇ ਐਦਾਂ ਹੀ ਪੂਰੇ ਇੰਡੀਆ ਦੇ ਅੰਦਰ ਬਾਈ ਮੰਜੀਆਂ ਸਥਾਪਨਾ ਕੀਤੀ ਸੀਗੀ ਤਾਂ ਜੋ ਜਾਦਾ ਇੱਕ ਜਗ੍ਹਾ ਤੇ ਇਕੱਠਾ ਨਾ ਹੋਵੇ ਤੇ ਆ ਸਾਰੇ ਆਪਸ ਦੇ ਵਿੱਚ ਜੁੜੇ ਰਹਿਣ ਤੇ ਮੰਜੀ ਪ੍ਰਥਾ ਦੇ ਵਿੱਚ ਕੀ ਸੀਗਾ 22 ਮੰਜੀਆਂ ਦੇ ਵਿੱਚ ਜਿਹੜੇ ਦੋ ਮੰਜੀਆਂ ਸੀਗੀਆਂ ਇਹ ਦਿੱਤੀਆਂ ਹੋਈਆਂ ਸੀਗੀਆਂ ਇਸਤਰੀਆਂ ਨੂੰ ਕਿਹੜੀ ਕਿਹੜੀ ਸੇਵਾਦਾਰ ਕਾਬੂਲ ਦੀ ਮਾਈ ਸੇਵਾ ਅਤੇ ਕਸ਼ਮੀਰ ਦੀ ਮਾਈ ਭਾਗ ਪਰ ਨੂੰ ਵੀ ਦਿੱਤੀਆਂ ਗਈਆਂ ਸੀ ਮਤਲਬ 22 ਦੇ ਵਿੱਚ ਦੋ ਮੰਜੀਆਂ ਆਈਆਂ ਸੀਗੀਆਂ ਜਿਹੜਾ ਕਿ ਇਸਤਰੀਆਂ ਉਹਦੀਆਂ ਹੈਡ ਸੀਗੀਆਂ ਮਤਲਬ ਲੇਡੀਜ਼ ਨੂੰ ਪ੍ਰੋਪਰਟ ਕਰਵਾਇਆ ਹੋਇਆ ਸੀ ਗੁਰੂ ਜੀ ਨੇ ਫਿਰ ਆਂਦਾਗਾ ਮੁੰਗਲ ਸਮਰਾਟ ਅਕਬਰ ਨਾਲ ਚੰਗੇ ਸਬੰਧ ਮੁੰਗਲ ਸਮਰਾਟ ਅਕਬਰ ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਖਸੀਅਤ ਬਹੁਤ ਪ੍ਰਭਾਵਿਤ ਸੀ ਉਹ 1567 ਈਸਵੀ ਵਿੱਚ ਗੁਰੂ ਜੀ ਨੂੰ ਮਿਲਣ ਲਈ ਗੋਇੰਦਵਾਲ ਆਇਆ ਸੀ ਮਤਲਬ 1567 ਦੇ ਵਿੱਚ ਅਕਬਰ ਆਇਆ ਸੀਗਾ ਗੋਇੰਦਵਾਲ ਤਾਂ ਪਹਿਲਾਂ ਕੀ ਹੋਇਆ ਸੀਗਾ ਪਹਿਲਾਂ ਅਕਬਰ ਨੇ ਮਤਲਬ ਸੰਗਤ ਨਾਲ ਬੈਠ ਕੇ ਪੰਗਤ ਦੇ ਵਿੱਚ ਲੰਗਰ ਛਕਿਆ ਸੀਗਾ ਤਾਂ ਉਸ ਤੋਂ ਬਾਅਦ ਉਹ ਗੁਰੂ ਜੀ ਨੂੰ ਮਿਲਿਆ ਸੀਗਾ ਅਕਬਰ ਤੇ ਉਹਨੇ ਗੁਰੂ ਜੀ ਦੇ ਕਹਿਣ ਤੇ ਹੀ ਅਕਬਰ ਬਾਦਸ਼ਾਹ ਨੇ ਕਿਸਾਨਾਂ ਦਾ ਲਗਾਨ ਵੀ ਮਾਫ ਕੀਤਾ ਸੀਗਾ ਇਹ ਵੀ ਪੁਆਇੰਟ ਯਾਦ ਰੱਖਣਾ ਹੈਗਾ ਫਿਰ ਆਂਦਾ ਹੈਗਾ ਗੁਰੂ ਅਮਰਦਾਸ ਜੀ ਇੱਕ ਕਾਫੀ ਜ਼ਿਆਦਾ ਸਮਾਜ ਸੁਧਾਰਕ ਵੀ ਰਹੇ ਨੇ ਸਮਾਜ ਦੇ ਅੰਦਰ ਕਾਫੀ ਜ਼ਿਆਦਾ ਕੁਝ ਹੈ ਬੁਰਾਈਆਂ ਸੀਗੀਆਂ ਉਹਨਾਂ ਨੂੰ ਵੀ ਗੁਰੂ ਜੀ ਨੇ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪਹਿਲਾ ਪੁਆਇੰਟ ਆਂਦਾ ਹੈਗਾ ਜਾਤੀ ਭੇਦ ਭਾਵ ਛੂਛਾਤ ਦੀ ਨਿੰਦਾ ਨੂੰ ਖਤਮ ਕੀਨੇ ਕੀਤਾ ਹੈਗਾ ਸ੍ਰੀ ਗੁਰੂ ਅਮਰਦਾਸ ਜੀ ਨੇ ਦੂਸਰਾ ਆਂਦਾ ਹੈਗਾ ਸਦੀਆਂ ਤੋਂ ਚੱਲੀ ਆ ਰਹੀ ਸੱਤੀ ਪ੍ਰਥਾ ਦਾ ਵਿਰੋਧ ਕੀਨੇ ਕੀਤਾ ਹੈਗਾ ਮਤਲਬ ਸਪੋਜ਼ ਕਰੋ ਕਿਸੇ ਔਰਤ ਦਾ ਪਤੀ ਮਰ ਗਿਆ ਤਾਂ ਉਹਦੇ ਚਿਤਾ ਦੇ ਉੱਪਰ ਹੀ ਉਸ ਔਰਤ ਨੂੰ ਨਾਲ ਛੜਨਾ ਪੈਂਦਾ ਸੀਗਾ ਉਸ ਟਾਈਮ ਸੱਤੀ ਪ੍ਰਥਾ ਤਾਂ ਗੁਰੂ ਜੀ ਨੇ ਇਸ ਚੀਜ਼ ਦਾ ਵਿਰੋਧ ਕੀਤਾ ਹੈਗਾ ਵੀ ਐਦਾਂ ਨਹੀਂ ਹੋਣਾ ਚਾਹੀਦਾ ਤੇ ਫਿਰ ਲੋਕ ਇਸਤਰੀਆਂ ਕੀ ਕਰਦੀਆਂ ਸੀਗੀਆਂ ਪਰਦਾ ਮਤਲਬ ਕੁੰਡ ਕੱਢਦੀਆਂ ਸੀਗੀਆਂ ਤਾਂ ਇਸ ਤੇ ਵੀ ਗੁਰੂ ਜੀ ਨੇ ਇਸ ਪ੍ਰਥਾ ਦਾ ਵਿਰੋਧ ਕੀਤਾਗਾ ਵੀ ਇਸਤਰੀਆਂ ਨੂੰ ਪਰਦਾ ਨਾ ਕਰਨ ਦਾ ਦੇਸ਼ ਕੀ ਹੁੰਦਾ ਸੀਗਾ ਗੁਰੂ ਅਮਰਦਾਸ ਜੀ ਨੇ ਉਹ ਦੇਖੋ ਆਹਾਂ ਨੇ ਮਤਲਬ ਜਿੱਤਾ ਚੱਲ ਰਹੀ ਹੈ ਇਹਦੇ ਉੱਪਰ ਹੀ ਲੇਡੀ ਨੂੰ ਬਿਠਾ ਦਿੱਤਾ ਜਾਂਦਾ ਸੀਗਾ 댓 ਮੀਨ ਸੱਤੀ ਪ੍ਰਥਾ ਉਰਤਾਂ ਨੂੰ ਗੁੰਗੜ ਕੱਢਿਆ ਹੋਇਆ ਹੋਇਆ ਠੀਕ ਹੈ ਪਰਦਾ ਕੀਤਾ ਹੋਇਆ ਤਾਂ ਗੁਰੂ ਜੀ ਨੇ ਇਸ ਨੂੰ ਵੀ ਅਬੋਲਿਸ਼ ਕੀਤਾਗਾ ਫਿਰ ਆਂਦਾ ਹੈਗਾ ਚੌਥਾ ਪੁਆਇੰਟ ਗੁਰੂ ਜੀ ਨੇ ਸਿੱਖਾ ਨੂੰ ਸ਼ਰਾਬ ਤੰਬਾਕੂ ਤੇ ਹੋਰ ਨਸ਼ੀਲੀਆਂ ਵਸਤੂਆਂ ਤੋਂ ਦੂਰ ਰਹਿਣ ਦਾ ਵੀ ਪ੍ਰਦੇਸ਼ ਦਿੱਤਾ ਮਤਲਬ ਕੋਈ ਵੀ ਨਸ਼ਾ ਵਗੈਰਾ ਨਹੀਂ ਕਰੇਗਾ ਫਿਰ ਆਂਦਾ ਹੈਗਾ ਗੁਰੂ ਸਾਹਿਬ ਨੇ ਗੋਇੰਦਵਾਲ ਵਿੱਚ ਵਿਖੇ ਬੌਲੀ ਦਾ ਨਿਰਮਾਣ ਕੀਤਾਗਾ ਤਾਂ ਜੋ ਉੱਥੇ ਕੀ ਹੈ ਕਿ ਜਲ ਦੀ ਪੂਰਤੀ ਸਾਨੀ ਨਾਲ ਹੋ ਗਈ ਮਤਲਬ ਉੱਥੇ ਪਾਣੀ ਵਗੈਰਾ ਲੈਣਾ ਈਜ਼ੀ ਹੋ ਗਿਆਗਾ ਫਿਰ ਆਂਦਾ ਹੈਗਾ ਗੁਰੂ ਜੀ ਨੇ ਕੀ ਕਿਹਾ ਸੀਗਾ ਸਿੱਖ ਗੁਰੂ ਸਾਹਿਬ ਜੀ ਦੇ ਸਮੇਂ ਸਿੱਖ ਵਿਸਾਖੀ ਦੀਵਾਲੀ ਦੇ ਤਿਹਾਰ ਮਨਾਉਣ ਲਈ ਗੋਇੰਦਵਾਲ ਵਿਖੇ ਇਕੱਠੇ ਹੋ ਕੇ ਗੁਰੂ ਜੀ ਦਾ ਉਪਦੇਸ਼ ਸੁਣਦੇ ਤੇ ਲੰਗਰ ਚੱਕਦੇ ਮਤਲਬ ਗੁਰੂ ਜੀ ਨੇ ਲਗ ਲਗ ਸਰਮਨੀਅਸ ਨੂੰ ਫੋਲੋ ਕਰਨ ਦਾ ਮਤਲਬ ਹੁਕਮ ਦਿੱਤਾ ਸੀਗਾ ਬੀਬਸਾਖੀ ਦੀਵਾਲੀ ਲੋਹੜੀ ਵਾਲੇ ਦਿਨ ਸਾਰੇ ਲੋਕ ਗੋਇੰਦਵਾਲ ਇਕੱਠੇ ਹੁੰਦੇ ਸੀ ਜੇ ਗੁਰੂ ਜਪਤੇਜ ਸੁਣਦੇ ਸੀ ਕਿ ਸਾਰਾ ਕੰਮ ਇਕੱਠਾ ਕਰਦੇ ਸੀ ਤਾਂ ਜੋ ਲੋਕਾਂ ਦੇ ਵਿੱਚ ਏਕਤਾ ਤੇ ਭਾਈਚਾਰਾ ਬਣਿਆ ਰਹੇ ਫਿਰ ਆਂਦਾਗਾ ਜਦੋਂ ਗੁਰੂ ਅਮਰਦਾਸ ਜੀ ਨੇ ਆਪਦਾ ਗੁਰਗੱਦੀ ਦੇਣੀ ਸੀਗੀ ਤਾਂ ਉਹਨਾਂ ਨੇ ਚੋਣ ਕਿਵੇਂ ਕੀਤੀ ਹੈਗੀ ਉਹਨਾਂ ਨੇ ਦੇਖੋ ਗੁਰੂ ਨਾਨਕ ਦੇ ਸੌਰੀ ਗੁਰੂ ਅਮਰਦਾਸ ਜੀ ਦੇ ਦੋ ਬੇਟੀਆਂ ਸੀਗੀਆਂ ਵੱਡੀ ਬੇਟੀ ਦਾ ਨਾਮ ਕੀ ਸੀਗਾ ਬੀਬੀ ਦਾਨੀ ਗੁਰੂ ਗੁਰੂ ਦੀ ਐਲਡਰਸ ਡਾਟਰ ਸੀਗੀ ਬੀਬੀ ਦਾਨੀ ਜਿਨ੍ਹਾਂ ਦਾ ਵਿਆਹ ਕਿਹਨ ਨਾਲ ਹੋਇਆ ਸੀਗਾ ਪਾਈ ਰਾਮਾ ਜੀ ਦੇ ਨਾਲ ਤੇ ਜਿਹੜੀ ਗੁਰੂ ਜੀ ਦੀ ਛੋਟੀ ਬੇਟੀ ਸੀਗੀ ਬੀਬੀ ਪਾਨੀ ਉਹਨਾਂ ਦੀ ਮੈਰिज ਕਿਹਨ ਨਾਲ ਹੋਈ ਸੀਗੀ ਪਾਈ ਜੇਠਾ ਜੀ ਦੇ ਨਾਲ ਜਿਹੜੇ ਕਿ ਉਹਨਾਂ ਦੇ ਛੋਟੇ ਜਵਾਈ ਸੀਗੇ ਯੰਗਰ ਸਨ-ਇਨ-ਲॉ ਸੀਗੇ ਗੁਰੂ ਅਮਰਦਾਸ ਜੀ ਦੇ ਤਾਂ ਹੁਣ ਗੁਰੂ ਜੀ ਨੇ ਕੀ ਕਿਹਾ ਸੀਗਾ ਵੀ ਤੁਸੀਂ ਮੇਰੇ ਲਈ ਇੱਕ ਪਲੇਟਫਾਰਮ ਨੂੰ ਕ੍ਰੀਏਟ ਕਰਨਾਗਾ ਬਣਾਣਾਗਾ ਤਾਂ ਜਿਹੜੇ ਭਾਈ ਰਾਮਾ ਸੀਗੇ ਉਹਨਾਂ ਦਾ ਤਿੰਨ ਵਾਰ ਬਣਾਇਆ ਤੇ ਮਤਲਬ ਥੱਕ ਗਏ ਬੈਠ ਗਏ ਮਤਲਬ ਛੱਡਤਾ ਉਹਨਾਂ ਨੇ ਬਣਾਣਾ ਤੇ ਜਿਹੜੇ ਦੂਜੇ ਸੀਗੇ ਭਾਈ ਜੇਠਾ ਜੀ ਇਹਨਾਂ ਨੇ ਕੀ ਸੀਗਾ ਸੱਤ ਵਾਰ ਬਣਾਇਆ ਤੇ ਸੱਤਵੀਂ ਵਾਰ ਹੀ ਇਹ ਗੁਰੂ ਜੀ ਦੇ ਪੈਰਾਂ 'ਚ ਡਿੱਗ ਗਏ ਵੀ ਮੈਂ ਮਤਲਬ ਕੁਝ ਨਹੀਂ ਕਰ ਸਕਦਾ ਮੈਨੂੰ ਇੰਨੀ ਮਤਲਬ ਸੈਂਸ ਹੀ ਨਹੀਂ ਹੈਗੀ ਮੈਂ ਇਨਾ ਪਾਗਲ ਆਗਾ ਮੂਰਖ ਆਗਾ ਫੂਲ ਆਗਾ ਵੀ ਮੈਂ ਤੁਹਾਡੀ ਗੱਲ ਨੂੰ ਸਮਝ ਕੇ ਉਸ ਨੂੰ ਸਹੀ ਤਰ੍ਹਾਂ ਨਹੀਂ ਬਣਾ ਸਕਦਾ ਤਾਂ ਗੁਰੂ ਜੀ ਨੇ ਕਿਹਾ ਉਸ ਆਤਵਰ ਬਣਾਇਆ ਸੀ ਤਾਂ ਗੁਰੂ ਜੀ ਨੇ ਕਿਹਾ ਤੇਰੀ ਆਉਣ ਵਾਲੇ 7 ਪੀੜੀਆਂ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਨੂੰ ਫੋਲੋ ਕਰਨਗੀਆਂ ਮਤਲਬ ਹੁਣ ਇਸ ਤੋਂ ਬਾਅਦ ਜੀਵਨ ਵਿੱਚ ਗੁਰਗੱਦੀ ਮਿਲੇਗੀ ਉਹ ਸਾਰੇ ਹੀ ਗੁਰੂ ਅਮਰਦਾਸ ਜੀ ਮਤਲਬ ਅਮਰਦਾਸ ਜੀ ਨੇ ਕਿਹਾ ਸੀਗਾ ਪਾਈ ਜੇਠਾ ਜੀ ਮਤਲਬ ਪਾਈ ਜੇਠਾ ਜੀ ਦਾ ਨਾਮ ਕੀ ਹੈਗਾ ਅੱਗੇ ਕੀ ਪੈ ਜਾਏਗਾ ਪਾਈ RAM ਦਾ ਮਤਲਬ ਗੁਰੂ RAM ਦਾਸ ਜੀ ਬਣ ਜਾਏਗਾ ਤਾਂ ਗੁਰੂ RAM ਦਾਸ ਜੀ ਤੋਂ ਬਾਅਦ ਲੈ ਕੇ ਜਿੰਨੀਆਂ ਵੀ ਅੱਗੇ ਗੁਰੂ ਜੀ ਆਏ ਸਾਰੇ ਹੀ ਇਹਨਾਂ ਦੀ ਪੀੜੀ ਦੇ ਵਿੱਚੋਂ ਆਏ ਇਹਨਾਂ ਦੀ ਜਨਰੇਸ਼ਨ ਦੇ ਵਿੱਚੋਂ ਆਏ ਤਾਂ ਇਹ ਗੁਰੂ ਜੀ ਦੇ ਬਚਨ ਸੀਗੇ ਜਿਹੜੇ ਕਿ ਪੂਰੇ ਹੋ ਗਏ ਸੀਗੇ ਗੁਰੂ ਅਮਰਦਾਸ ਜੀ ਦੇ ਤਾਂ ਗੁਰਗੱਦੀ ਕਿਹਨੂੰ ਮਿਲ ਗਈ ਹੈਗੀ ਪਾਈ ਜੇਠਾ ਜੀ ਨੂੰ that means ਗੁਰੂ ਰਾਮਦਾਸ ਜੀ ਦੇ ਨਾਮ ਨਾਲ ਇਹ ਅੱਗੇ ਫੇਮਸ ਹੋਏ ਨੇਗੇ ਤਾਂ ਉੱਤਰਦਕਾਰ ਦੀ ਨਿਯੁਕਤੀ ਕਿਨੇ ਕਿਵੇਂ ਹੋਈ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਸ਼ਰਧਾਲੂ ਭਾਈ ਜੇਠਾ ਜੀ ਨੂੰ ਦੈਟ ਮੀਨਸ ਗੁਰੂ ਰਾਮਦਾਸ ਜੀ ਨੂੰ ਆਪਣਾ ਉੱਤਰਦਕਾਰ ਨਿਯੁਕਤ ਕੀਤਾਗਾ ਫਿਰ ਕੀ ਹੋਇਆਗਾ ਗੁਰੂ ਅਮਰਦਾਸ ਜੀ ਦੀ ਡੈਥ ਹੋ ਗਈ ਹੈਗੀ 1574 ਈਸਵੀ ਦੇ ਵਿੱਚ 95 ਸਾਲ ਦੀ ਉਮਰ ਦੇ ਵਿੱਚ ਇਹ ਜੋਤੀ ਜੋ ਸਮਾ ਗਏ ਨੇ ਡੈਥ ਕਿੱਥੇ ਹੋਈ ਸੀ ਇਹਨਾਂ ਦੀ ਗੋਇੰਦਵਾਲ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਜੀ ਦੀ ਡੈਥ ਹੋ ਗਈ ਹੈਗੀ ਉਹਨਾਂ ਦੇ ਕੋ ਇਹ ਵਾਲਾ ਸਾਰਾ ਕੁਝ ਆਪਾਂ ਕਰ ਚੁੱਕੇ ਹਾਂਗੇ ਠੀਕ ਹੈ ਉਰੇ ਇੱਕ ਪੁਆਇੰਟ ਕੀ ਹੈਗਾ ਨਾ ਮਾ ਗੋਇੰਦਵਾਲ ਦੇ ਵਿੱਚ ਜਦੋਂ ਬੌਲੀ ਨਿਰਮਾਨ ਕੀਤਾ ਹੈਗਾ ਤਾਂ ਉੱਥੇ ਇਹਨਾਂ ਨੇ ਇੱਕ ਗੱਲ ਹੋਰ ਕਹੀ ਸੀ ਜਿਹੜੇ 84 ਪੌੜੀਆਂ ਨੇ ਤਾਂ ਜਿਹੜੇ 84 ਪੌੜੀਆਂ ਦੇ ਉੱਪਰ ਅਗਰ ਹਰ ਸਿੱਖ ਕੰਦੇ ਬੈਠ ਕੇ ਸੱਚੇ ਮਨ ਨਾਲ ਜਪਜੀ ਸਾਹਿਬ ਦਾ ਪਾਠ ਕਰਕੇ ਟਰਸ ਵਿੱਚ ਪੌੜੀ ਤੇ ਇਸ਼ਨਾਨ ਕਰੇਗਾ ਤਾਂ ਉਹਦੀ ਕੀ ਹੈਗਾ 84 ਕੱਟੀ ਜਾਵੇਗੀ ਤਾਂ ਇਹ ਵੀ ਵਰਡ ਗੁਰੂ ਜੀ ਨੇ ਕਹੇ ਸੀ ਤੁਸੀਂ ਧਿਆਨ ਰੱਖ ਸਕਦੇ ਹੋਗੇ ਇਸ ਚੀਜ਼ ਦਾ ਇਹ ਸਾਰਾ ਕੁਝ ਇੰਗਲਿਸ਼ ਦੇ ਅੰਦਰ ਹੈਗਾ ਫਿਰੰਦਾ ਦਾ ਲੰਗਰ ਪ੍ਰਥਾ ਦਾ ਵਿਸਤਾਰ ਹੁਣ ਲੰਗਰ ਪ੍ਰਥਾ ਦੇ ਬੰਦਾਸਿ ਦਿੱਤਾ ਹੈਗਾ ਪਹਿਲਾਂ ਤਾਂ ਅਕਬਰ ਨੇ ਕੀ ਸੀਗਾ ਅਕਬਰ ਨੇ ਜਦੋਂ ਮਤਲਬ ਗੁਰੂ ਜੀ ਨੂੰ ਮਿਲਣ ਆਇਆ ਸੀਗਾ ਤਾਂ ਪਹਿਲਾਂ ਕੀ ਸੀਗਾ ਲੰਗਰ ਚਾਕੇ ਫਿਰ ਗੁਰੂ ਜੀ ਨੂੰ ਮਿਲਿਆ ਤੇ ਨਾਲ ਹੀ ਹੋਰ ਕੌਣ ਸੀਗਾ ਇੱਕ ਹਰੀਪੁਰ ਦਾ ਰਾਜਾ ਵੀ ਗੁਰੂ ਨੂੰ ਮਿਲਣਾ ਚਾਹੁੰਦਾ ਸੀਗਾ ਤਾਂ ਉਹਨੇ ਵੀ ਪਹਿਲਾਂ ਲੰਗਰ ਚਾਕੇਗਾ ਫਿਰ ਉਹ ਗੁਰੂ ਨੂੰ ਮਿਲੇਗਾ ਅਕਬਰ ਸੀਗਾ ਤੇ ਇੱਕ ਰਾਜਾ ਹੋਰ ਕੌਣ ਸੀਗਾ ਹਰੀਪੁਰ ਦਾ ਰਾਜਾ ਇਹ ਵੀ ਤੁਸੀ ਧਿਆਨ ਰੱਖਣਾ ਕਾ ਉਰੇ ਫਿਰ ਆਂਦਾਗਾ ਗੁਰਬਾਨੀ ਦਾ ਸੰਕਲਨ ਤੇ ਰਚਨਾ ਇਹ ਵੀ ਆਪਾਂ ਸਾਰਾ ਕਰ ਚੁੱਕੇ ਹਾਂਗੇ ਪਹਿਲਾਂ ਠੀਕ ਹੈ ਉਹੀ ਕੁਛ ਹੈਗਾ 97 ਸ਼ਬਦ ਦਿੱਤੇ ਸੀਗੇ ਗੁਰੂ ਅਮਰਦਾਸ ਜੀ ਨੇ ਇਹ ਸਾਰਾ ਕੁਝ ਇੰਗਲਿਸ਼ ਦੇ ਅੰਦਰ ਆਂਦਾਗਾ ਫਿਰ ਫਿਰ ਆਂਦਾਗਾ ਮੰਜੀ ਪ੍ਰਥਾ ਇਹ ਵੀ ਸਾਰਾ ਕੁਝ ਆਪਾਂ ਕਰ ਚੁੱਕੇ ਹਾਂਗੇ ਮਤਲਬ ਕਾਫੀ ਜ਼ਿਆਦਾ ਸਿੱਖ ਗਿਣਤੀ ਵਧ ਗਈ ਸੀ ਤੱਕ ਗੁਰੂ ਜੀ ਨੇ ਬਾਈ ਅਧਿਆਤਮਕ ਸਮਰਾਜ ਨੂੰ ਮੰਡਤਾ ਸੀਗਾ 22 ਹਿੱਸਿਆਂ ਦੇ ਅੰਦਰ ਤਾਂ ਕੁਝ ਨੋਰ ਇੰਪੋਰਟੈਂਟ ਕੀ ਬੰਦਾਗਾ ਗੁਰੂ ਅਮਰਦਾਸ ਜੀ ਨੇ ਕਹਿੰਦੀ ਸਪਿਰਚੁਅਲ Empire ਹੈਗਾ ਨੂੰ ਕਿੰਨੇ ਪਾਰਟਸ ਦੇ ਅੰਦਰ ਡਿਵਾਈਡ ਕੀਤਾਗਾ ਅੰਤਰ ਕੀ ਆਏਗਾ 22 ਪਾਰਟਸ ਦੇ ਅੰਦਰ ਡਿਵਾਈਡ ਕੀਤਾਗਾ ਗੁਰੂ ਅਮਰਦਾਸ ਜੀ ਨੇ ਇਹ ਆਂਦਾ ਹੈ ਇੰਗਲਿਸ਼ ਦੇ ਅੰਦਰ ਫਿਰ ਆਂਦਾਗਾ ਉਦਾਸੀਆਂ ਨਾਲੋਂ ਸਿੱਖਾਂ ਨੂੰ ਵੱਖ ਕਰਨਾ ਸੈਪਰੇਸ਼ਨ ਆਫ ਸਿੱਖ ਫਰੋਮ ਦਾ ਉਦਾਸੀਸ ਆਪਾਂ ਨੇ ਪਹਿਲਾਂ ਗੁਰੂ ਅੰਗਦ ਦੇਵ ਜੀ ਦੇ ਟਾਈਮ ਗੁਰੂ ਅੰਗਦ ਦੇਵ ਜੀ ਨੇ ਵੀ ਇਹ ਗੱਲ ਕਹੀ ਹੈਗੀ ਵੀ ਸਿੱਖਾ ਨੂੰ ਘਰ-ਵਾਰ ਛੱਡ ਕੇ ਬਾਹਰ ਜਾਣ ਦੀ ਲੋੜ ਨਹੀਂ ਹੈ ਘਰੇ ਬੈਠ ਕੇ ਆਪਦਾ ਮਤਲਬ ਨਾਮ ਰਾਮ ਨਾਮ ਜਪੋ ਤੇ ਆਪਦਾ ਗੁਰੂ ਜੀ ਦੇ ਹੈ ਜਿਹੜੇ ਮਤਲਬ ਪੁਆਇੰਟਸ ਨੇ ਕਿ ਉਹਨਾਂ ਨੂੰ ਫੋਲੋ ਕਰੋ ਸਾਰੇ ਅਬਦ ਗ੍ਰਹਿਸਤੀ ਜੀਵਨ ਬਤਿਕਿਤ ਕਰੋ ਤਾਂ ਇਹੀ ਗੱਲ ਕਿੰਨਾਂ ਨੇ ਕਹੀ ਹੈਗੀ ਗੁਰੂ ਅਮਰਦਾਸ ਜੀ ਨੇ ਹਿੰਮਤ ਦਲੇਰੀ ਅਤੇ ਸੰਗਰਤਾ ਤੋਂ ਕੰਮ ਲੈਣਾ ਸਿੱਖਾਂ ਨੂੰ ਸਪਸ਼ਟ ਰੂਪ ਵਿੱਚ ਫੇਰ ਸਮਝਾਇਆ ਕਿ ਉਦਾਸੀ ਮਤ ਦਾ ਤਿਆਗ ਦਾ ਸੰ다ਤ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੇ ਉਲਟ ਹੈ ਤਾਂ ਇਹ ਗੱਲ ਇਨਾਂ ਨੇ ਵੀ ਨਾਲ ਕਹੀ ਹੈਗੀ ਮਤਲਬ ਸਿੱਖ ਕਈ ਨਹੀਂ ਮੰਨ ਰਹੇ ਸੀਗੇ ਤਾਂ ਗੁਰੂ ਜੀ ਨੇ ਫੇਰ ਇਹ ਪੁਆਇੰਟ ਰੱਖਿਆ ਹੈਗਾ ਗੁਰੂ ਅਮਰਦਾਸ ਜੀ ਨੇ ਨੈਕਸਟ ਆਂਦਾਗਾ ਸਮਾਜਿਕ ਸੁਧਾਰ ਗੁਰੂ ਜੀ ਨੇ ਕਾਫੀ ਜ਼ਿਆਦਾ ਸਮਾਜਿਕ ਸੁਧਾਰ ਕੀਤੇ ਨੇ ਕਿਹੜੇ ਕਿਹੜੇ ਪਹਿਲਾਂ ਪੜ ਚੁੱਕੇ ਆ ਵਸਤਾ ਆਪਾਂ ਹੈ ਜਾਤੀ ਭੇਦਪਾਤ ਤੇ ਚੂਚਾ ਆਦ ਦਾ ਵਿਰੋਧ ਕੀਤਾਗਾ ਗੁਰੂ ਅਮਰਦਾਸ ਜੀ ਨੇ ਇਹ ਸਾਰਾ ਕੁਝ ਇੰਗਲਿਸ਼ ਦੇ ਅੰਦਰ ਆਗਾ ਸਤੀਵ੍ਰਥਾ ਦੀ ਨਿਖੇਦੀ ਕੀਤੀ ਹੈਗੀ ਮਤਲਬ ਇੱਕ ਵਿਧਵਾ ਪਤੀ ਨੂੰ ਜਿਉਂਦਾ ਸੜਨਾ ਪਵੇਗਾ ਇਹਨੂੰ ਵੀ ਗੁਰੂ ਜੀ ਨੇ ਕੀ ਕਿਹਾਗਾ ਵੀ ਇਹ ਲੋੜ ਨਹੀਂ ਹੈ ਕਿ ਪਰਦੇ ਦੀ ਮਨਾਹੀ ਮਤਲਬ ਘੁੰਗੜ ਕੱਢਣ ਦੀ ਲੋੜ ਨਹੀਂ ਹੈਗੀ ਇਹ ਤੇ ਵੀ ਗੁਰੂ ਜੀ ਨੇ ਮਨਾ ਕਰਤਾਗਾ ਇਸਤਰੀ ਨੂੰ ਤੁਸ ਕੁੱਛ ਨਹੀਂ ਕਰਨਾ ਤੇ ਜਿਹੜੇ ਵੀ ਇਸਤਰੀਆਂ ਨੇ ਮਤਲਬ ਲੰਗਰ ਦੀ ਸੇਵਾ ਕਰਨਾ ਸੀ ਸੰਗਤ ਵਿੱਚ ਬੈਠਣ ਦਾ ਹੁਕਮ ਸੀਗਾ ਤਾਂ ਉਹਨਾਂ ਨੂੰ ਮਤਲਬ ਪਰਦਾ ਕਰਨ ਦੀ ਕੋਈ ਲੋੜ ਨਹੀਂ ਤੇ ਇਹ ਵੀ ਵਰਡਸ ਗੁਰੂ ਜੀ ਨੇ ਕਹੇ ਨੇਗੇ ਇਹ ਹੈਗਾ ਇੰਗਲਿਸ਼ ਦੇ ਅੰਦਰ ਫਿਰ ਆਂਦਾਗਾ ਨਸ਼ਿਆਂ ਤੋਂ ਦੂਰ ਰਹਿਣਾ ਇਹ ਵੀ ਇੱਕ ਸਿੱਖ ਦਾ ਮਤਲਬ ਇੱਕ ਸਿੱਖ ਦੇ ਲਈ ਇਹ ਪਾਲਨਾ ਕਰਨਾ ਬਹੁਤ ਜ਼ਰੂਰੀ ਹੈਗਾ ਫਿਰ ਅੰਦਾ ਕਾ ਨਵੇਂ ਤੀਰਥ ਸਥਾਨ ਦੀ ਸਥਾਪਨਾ ਇਹ ਪਕਰ ਚੁੱਕੇਗੇ ਗੋਇੰਦਵਾਲ ਵਿਖੇ ਬੌਲੀ ਦਾ ਨਿਰਮਾਣ ਕੀਤਾ ਸੀਗਾ ਤਾਂ ਇੱਥੇ ਜਿਹੜਾ ਬਣਾ ਕੇ ਮੇ ਸੀਗਾ ਸਿੱਖਾਂ ਦੀ ਸਮੂਹਿਕ ਮਿਹਨਤ ਨਾਲ ਬਣਿਆ ਹੋਇਆ ਹੈਗਾ ਇਹ ਬੌਲੀ ਠੀਕ ਹੈ ਇੱਥੇ ਕੋਈ ਪੁਜਾਰੀ ਨਹੀਂ ਹੈਗਾ ਕਿਸੇ ਦੇਵੀ ਦੇਵਤੇ ਦੀ ਮੂਰਤੀ ਪੂਜਾ ਨਹੀਂ ਹੁੰਦੀ ਇੱਥੇ 84 ਪੋੜੀਆਂ ਨੇ ਜਿਹੜੇ ਕਿਸ ਗੱਲ ਦਾ ਪ੍ਰਤੀਕ ਨੇ ਕਿ 84 ਵਾਰ ਜਪਜੀ ਸਾਹਿਬ ਦਾ ਪਾਠ ਕਰਕੇ ਆਪਦੀ 84 ਲਖ ਜੁਨਨਾਂ ਦਾ ਛੁਟਕਾਰਾ ਮਿਲ ਸਕਦਾ ਹੈਗਾ ਆਪਾਂ ਨੂੰ ਇੱਥੇ ਗੁਰੂ ਸਾਹਿਬ ਤੀਰਥ ਸਥਾਨ ਇੱਕੋ ਹੀ ਸ਼ਹਿਰ ਵਿੱਚ ਹੁਣ ਨਾਲ ਸਿੱਖਾਂ ਦੇ ਲਈ ਇਸ ਦਾ ਮਹੱਤਵ ਹੋਰ ਵੀ ਵੱਧ ਗਿਆ ਸੀਗਾ ਇਹ ਵੀ ਧਿਆਨ ਰੱਖਣਾਗਾ ਇਹ ਹੈਗਾ ਇੰਗਲਿਸ਼ ਦੇ ਅੰਦਰ ਫਿਰ ਆਂਦਾਗਾ ਤਿਹਾਰ ਮਨਾਉਣ ਦਾ ਨਵਾਂ ਟੰਗ ਤਾਂ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਵਿਸਾਖੀ ਮਾਗੀ ਤੇ ਦੀਵਾਲੀ ਦੇ ਤਿਹਾਰ ਨਵੇਂ ਟੰਕ ਨਾਲ ਮਨਾਉਣ ਲਈ ਕਿਹਾ ਇਨ੍ਹਾਂ ਤਿੰਨਾਂ ਤਿਹਾਰਾਂ ਦੇ ਮੌਕਿਆਂ ਤੇ ਸਿੱਖ ਗੁਰੂ ਸਥਾਨ ਤੇ ਪਹੁੰਚਦੇ ਸੀ ਤੇ ਉੱਥੇ ਆਪਦਾ ਜਸ਼ਨ ਮਨਾਉਂਦੇ ਸੀ ਕਿ ਗੋਇੰਦਵਾਲ ਦੇ ਵਿਖੇ ਇਹ ਤਿਹਾਰ ਮਨਾਏ ਜਾਂਦੇ ਸੀਗੇ ਤਾ ਜੋ ਲੋਕਾਂ ਦੇ ਵਿੱਚ ਭਾਈਚਾਰਾ ਤੇ ਏਕਤਾ ਦੇ ਵਿੱਚ ਵਾਧਾ ਹੋਵੇ ਤੇ ਇਹ ਹੈਗਾ ਸੀ ਗੁਰੂ ਜੀ ਦਾ ਮੋਟਿਵ ਫਿਰ ਅੰਦਾਜ਼ਾ ਕਾ ਜਨਮ ਵਿਆਹ ਤੇ ਮੋਹ ਬੇਸੰਧੀ ਰੀਤਾਂ ਵਿੱਚ ਸੁਧਾਰ ਗੁਰੂ ਅਮਰਦਾਸ ਜੀ ਨੇ ਹਿੰਦੂਆਂ ਦੇ ਵਿੱਚ ਪਚਲਿਤ ਜਨਮ ਵਿਆਹ ਤੇ ਜਨਮ ਸੰਧੀ ਗੁੰਜਲ ਦਾ ਰਸਮਾਂ ਅਤੇ ਰੀਤਾਂ ਦਾ ਵੀ ਸੁਧਾਰ ਕੀਤਾ ਹੈ ਜੋ ਵੀ ਆਪਣੇ ਮਤਲਬ ਸਾਰੇ ਨਿਜ਼ੁੰਦਿਆਂ ਦੇ ਉਹਨਾਂ ਵੀ ਗੁਰੂ ਜੀ ਨੇ ਸੁਧਾਰ ਕੀਤਾਗਾ ਗੁਰੂ ਸਾਹਿਬ ਨੇ ਸਿੱਖਾਂ ਨੂੰ ਹੁਕਮ ਦਿੱਤਾ ਹੈ ਕਿ ਮੌਤ ਦੇ ਮੌਕੇ ਈਸ਼ਵਰ ਦੀ ਉਸਤਤ ਪਕਤੀ ਦੇ ਸ਼ਬਦ ਗਾਉਂਦੇ ਆਂ ਜਾਂਦੇ ਆਂ ਮਤਲਬ ਜੋ ਕੋਈ ਡੈਥ ਹੁੰਦੀ ਹੈਗੀ ਉਦੋਂ ਵੀ ਈਸ਼ਵਰ ਦੀ ਪਕਤੀ ਕਰੋ ਅਗਰ ਕਿਸੇ ਜਨਮ ਹੋ ਰਿਹਾਗਾ ਜਾਂ ਵਿਆਹ ਹੋ ਰਿਹਾਗਾ ਤਾਂ ਵੀ ਗੁਰੂ ਜੀ ਦੀ ਪਕਤੀ ਕਰੋ ਤਾਂ ਵਿਆਹ ਦੇ ਰੀਤਾਂ ਦੇ ਵਿੱਚ ਸੁਧਾਰ ਕੀਤਾ ਉਹਨਾਂ ਨੇ ਕੀ ਐਡ ਕੀਤਾ ਸੀਗਾ ਵਿਆਹ ਦੇ ਵਲੇ ਉਹਨਾਂ ਨੇ ਅਨੰਦ ਨਾਮੀ ਬਾਣੀ ਦੀ ਰਚਨਾ ਕੀਤੀ ਹੈ ਤਾਂ ਜੋ ਹਰ ਮਤਲਬ ਜਨਮ ਹੋ ਰਿਹਾ ਕਿਸਦਾ ਵਿਆਹ ਹੋ ਰਿਹਾ ਜਾਂ ਕੋਈ ਖੁਸ਼ੀ ਦਾ ਮੌਕਾ ਤਾਂ ਉੱਥੇ ਆਨੰਦ ਸਾਹਿਬ ਦਾ ਪਾਠ ਕਰਨਾ ਜ਼ਰੂਰੀ ਕੀਤਾ ਸੀਗਾ ਗੁਰੂ ਅਮਰਦਾਸ ਜੀ ਨੇ ਤਾਂ ਇਹਦੇ ਵਿੱਚ ਕੀ ਸੀਗਾ ਮਤਲਬ ਜੋ ਮਤਲਬ ਅਪ ਕਹਿੰਨੇ ਆਗੇ ਕੁਛ ਆਨੰਦ ਕਾਰਜ ਦਾ ਕੰਮ ਹੋ ਗਿਆ ਜਾਂ ਹੋਰ ਵਿਆਹ ਦਾ ਆਨੰਦ ਕਾਰਜ ਕੀਤੇ ਜਾਂਦੇ ਨੇ ਠੀਕ ਹੈ ਉਹ ਚੀਜ਼ ਨੂੰ ਐਡ ਕਿਨੇ ਕੀਤਾਗਾ ਗੁਰੂ ਅਮਰਦਾਸ ਜੀ ਨੇ ਫਿਰ ਅੰਦਾ加 ਸਮਰਾਟ ਅਕਬਰ ਦਾ ਗੋਇੰਦਵਾਲ ਆਉਣਾ ਕਦ 1567 ਈਸਵੀ ਦੇ ਵਿੱਚ ਗੋਇੰਦਵਾਲ ਆਇਆ ਸੀਗਾ ਕਿਉਂਕਿ ਉਹ ਉਹਨਾਂ ਚ ਤੋੜਗੜ ਦੀ ਜਿੱਤ ਹਾਸਲ ਕੀਤੀ ਸੀਗੀ 1567 ਦੇ ਵਿੱਚ ਅਕਬਰ ਨੇ ਤਾਂ ਗੋਇੰਦਵਾਲ ਪੁੱਜਿਆ ਸੀਗਾ ਤਾਂ ਇਹ ਪਹਿਲਾਂ ਕਰ ਚੁੱਕਿਆ ਵੈਸੇ ਤਾਂ ਆਪਾਂ ਇਹ ਸਾਰਾ ਕੁਝ ਤਾਂ ਗੁਰੂ ਜੀ ਨੇ ਪਹਿਲਾਂ ਕੀ ਕਿਹਾ ਸੀ ਤੂੰ ਲੰਗਰ ਛੱਕ ਤੇ ਫਿਰ ਮੈਨੂੰ ਆ ਕੇ ਮਿਲਣਾਗਾ ਤੇ ਇਹ ਵੀ ਉਹਨੂੰ ਅਕਬਰ ਨੇ ਫੋਲੋ ਕੀਤਾ ਸੀਗਾ ਤੇ ਅਕਬਰ ਨੇ ਗੁਰੂ ਜੀ ਦੀ ਬੇਟੀ ਬੀਬੀ ਪਾਨੀ ਨੂੰ ਜ਼ਮੀਨ ਵੀ ਦਿੱਤੀ ਸੀਗੀ ਤੇ ਅਕਬਰ ਨੇ ਦਿੱਤੀ ਹੈਗੀ ਜ਼ਮੀਨ ਕਿ ਨੂੰ ਗੁਰੂ ਜੀ ਦੀ ਬੇਟੀ ਬੀਬੀ ਪਾਨੀ ਨੂੰ ਤੇ ਜਿਹੜੀ ਇਹ ਜ਼ਮੀਨ ਹੈਗੀ ਹਲੇ ਆਪਾਂ ਅੱਗੇ ਕਰਾਂਗੇ ਫਿਲਹਾਲ ਇਸ ਨੂੰ ਬੇਟੀ ਬੀਬੀ ਪਾਨੀਨ ਦਿੱਤੀ ਸੀਗੀ ਤਾਂ ਉਥੇ ਅੱਜਕੱਲ ਕੀ ਬਣਿਆ ਹੋਇਆਗਾ ਅਮਰitsar ਬਸਿਆ ਹੋਇਆਗਾ ਜਿਹੜੇ ਜ਼ਮੀਨ ਮਿਲੀ ਸੀਗੀ ਬੀਬੀ ਪਾਨੀ ਜੀ ਨੂੰ ਫਿਰ ਗੁਰੂ ਜੀ ਨੇ ਉਤਰਾਧਿਕਾਰ ਨਿਯੁਕਤ ਕੀਤਾਗਾ ਗੁਰੂ ਅਮਰਦਾਸ ਜੀ 95 ਸਾਲ ਦੀ ਉਮਰ ਤੱਕ ਸਿੱਖਾਂ ਦੀ ਰਹਿਨਮਾਈ ਕਰਦੇ ਰਹੇ ਮਤਲਬ 95 ਸਾਲ ਦੀ ਇਸ ਤੱਕ ਮਤਲਬ ਡੈਥ ਹੋ ਗਈ 70 ਸਾਲ ਦੀ ਉਮਰ ਦੇ ਵਿੱਚ ਆ ਕੇ 1576 ਈਸਵੀ ਵਿੱਚ ਜੋਤੀ ਜੋ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਆਪਣਾ ਉਤਰਾਧਿਕਾਰੀ ਨਿਯੁਕਤ ਕਿਉਂ ਕੀਤਾ ਸੀਗਾ ਆਪਦੇ ਪੁੱਤਰਾਂ ਨੂੰ ਨੇ ਕੀਤਾ ਪੁੱਤਰ ਮੋਹਨ ਤੇ ਮੋਰੀ ਨੂੰ ਛੱਡ ਕੇ ਆਪਦੇ ਜਵਾਈ ਭਾਈ ਜੇਠਾ ਜੀ ਨੂੰ ਗੁਰਗੱਦੀ ਸੌਂਪੀ ਸੀਗੀ ਗੁਰੂ ਅਮਰਦਾਸ ਜੀ ਨੇ ਤੇ ਜਿਹੜੇ ਕਿ ਹੁਣ ਜਿਹੜੇ ਭਾਈ ਜੇਠਾ ਜੀ ਨੇ ਉਹ ਸ੍ਰੀ ਗੁਰੂ ਰਾਮਦਾਸ ਜੀ ਬਣ ਗਏ ਨੇ ਜਿਹੜੇ ਕਿ ਸਿੱਖਾਂ ਦੇ ਚੌਥੇ ਗੁਰੂ ਨੇ ਉਹ ਆਪਾਂ ਹਲੇ ਫਿਲਹਾਲ ਅਗਲੀ ਵੀਡੀਓ ਦੇ ਵਿੱਚ ਆਪੋਸ ਨੂੰ ਕਰਾਂਗੇ ਜਿਹੜਾ ਕੀ ਦੇ ਬਾਰੇ ਆਏਗੀ ਗੁਰੂ ਰਾਮਦਾਸ ਜੀ ਦੇ ਬਾਰੇ ਜਿਹੜੇ ਕਿ ਸਿੱਖਾਂ ਦੇ ਚੌਥੇ ਗੁਰੂ ਨੇ